अज ही डाउटनट ऐप डाउनलोड करो। डाउटनट ते होंगे तुहाडे सारे 6वीं तो 12वीं क्लास दे मैथ, फिजिक्स, केमिस्ट्री अते बायोलॉजी दे डाउट दा सफाया, ओ भी पंजाबी विच। बस अपने प्रश्न दी फोटो खिंचो, उसनू क्रॉप करो अते तुरंत वीडियो सॉल्यूशन पाओ। अते अजेहे ही होर वीडियो देखन लई डाउटनट पंजाबी यूट्यूब चैनल नू सबस्क्राइब करो। ਸਾਡਾ ਕੁਐਸਚਨ ਹੈਗਾ, ਲਿਪਿਕਾ ਰੀਡਸ ਅ ਬੁੱਕ ਫੋਰ 1/3/4 ਆਵਰਸ ਐਵਰੀ ਡੇ, ਸ਼ੀ ਰੀਡਸ ਦਾ ਇੰਟਾਇਰ ਬੁੱਕ ਇਨ 6 ਡੇਸ, ਹਾਊ ਮੈਨੀ ਆਵਰਸ ਇਨ ਆਲ ਵਰ ਰਿਕੁਆਇਰਡ ਬਾਈ ਹਰ ਰੀਡ ਦੀ। ਦੇਖੋ ਸਾਨੂੰ ਗਿਵਨ ਹੈ ਕਿ ਲਿਪਿਕਾ ਹਰ ਡੇ ਇੰਨੇ ਆਵਰਸ ਬੁੱਕ ਪੜ੍ਹਦੀ ਹੈ, ਮਤਲਬ ਇੱਕ ਦਿਨ ਚੋਂ ਇੰਨੇ ਘੰਟੇ ਬੁੱਕ ਪੜ੍ਹਦੀ ਹੈ, ਠੀਕ ਹੈ। ਫਿਰ ਬੁੱਕ ਟੋਟਲ ਕਿੰਨੇ 6 ਡੇਸ ਚ ਕੰਪਲੀਟ ਕਰਦੀ ਪੜ੍ਹ ਕੇ, ਠੀਕ ਹੈ। ਦੱਸਣਾ ਸੀ ਟੋਟਲ ਟਾਈਮ ਉਹਨੂੰ ਕਿੰਨਾ ਲੱਗਾ ਸਾਡੇ ਕੋਲ, ਮਤਲਬ 1 ਡੇ ਦਾ ਟਾਈਮ ਦਿੱਤਾ ਹੋਇਆ, ਅਸੀਂ 6 ਡੇਸ ਦਾ ਟਾਈਮ ਟੋਟਲ ਕਰ ਲਾਂਗੇ, ਟੋਟਲ 6 ਡੇ ਉਹਨੇ ਕਿੰਨੇ ਆਵਰ ਬੁੱਕ ਪੜ੍ਹੀ, ਉਹ ਸਾਡੇ ਕੋਲ ਕੀ ਆ ਜਾਏਗਾ, ਜਿੰਨਾ ਟਾਈਮ ਉਹਨੂੰ ਲੱਗਿਆ ਉਹਨੂੰ ਬੁੱਕ ਪੜ੍ਹਨ ਨੂੰ, ਠੀਕ ਹੈ। ਸਭ ਤੋਂ ਪਹਿਲੇ ਕੀ ਆ ਜਾਏਗਾ ਸਾਡੇ ਕੋਲ, ਬੁੱਕ ਰੀਡ ਬਾਏ ਲਿਪਿਕਾ ਇਨ 1 ਡੇ, ਜਾਂ ਫਿਰ ਲਿਖ ਲਓ ਆਵਰਸ ਟੇਕਨ ਬਾਏ ਲਿਪਿਕਾ ਰੀਡ ਬੁੱਕ ਇਨ 1 ਡੇ ਕਿੰਨਾ ਸਾਡੇ ਕੋਲ ਹੈਗਾ, ਦੈਟ ਇਜ਼ ਇਕੁਅਲ ਟੂ 1/3/4 ਆਵਰਸ, ਠੀਕ ਹੈ। ਤੇ ਮਤਲਬ ਜਿੰਨੇ ਇੱਕ ਦਿਨ ਚ ਕਿੰਨੀ ਆਵਰਸ ਬੁੱਕ ਨੇ ਰੀਡ ਕੀਤੀ ਹੈ, 1/3/4, ਠੀਕ ਹੈ ਜੀ। ਤੇ ਇਹਨੂੰ ਅਸੀਂ ਕੀ ਆ ਕੋਲ ਮਿਕਸ ਫ੍ਰੈਕਸ਼ਨ ਹੈ, ਇਹਨੂੰ ਅਸੀਂ ਕੀ ਕਰ ਦਿੰਦੇ ਹਾਂ ਇੰਪ੍ਰੋਪਰ ਫ੍ਰੈਕਸ਼ਨ ਚ ਕਨਵਰਟ ਕਰ ਦਿੰਦੇ, ਕੀ ਆ ਜਾਏਗਾ 1/4 + 3/4, ਕੀ ਆ ਗਿਆ 4 × 1 = 4, 4 + 3 = 7, 7/4 ਆਵਰ। ਮਤਲਬ ਦੀਪਿਕਾ ਨੇ ਇੱਕ ਦਿਨ ਚ ਕਿੰਨੇ ਆਵਰਸ ਬੁੱਕ ਪੜ੍ਹੀ ਹੈ, 7/4 ਆਵਰਸ, ਠੀਕ ਹੈ ਜੀ। ਹੁਣ 6 ਦੇ ਡੇਜ਼ ਦਾ ਕੱਢ ਲੈਨੇ ਆ, ਬੁੱਕ ਰੀਡ ਬਾਏ ਦੀਪਿਕਾ ਇਨ 6 ਡੇਜ਼ ਇਜ਼ ਇਕੁਅਲ ਟੂ ਕਿੰਨਾ ਆ ਜਾਏਗਾ, 6 × ਟਾਈਮ ਆਫ 1 ਡੇ, ਦੈਟ 7/4, ਠੀਕ ਹੈ ਜੀ। ਆ ਮਲਟੀਪਲਾਈ ਕਰ ਲਓ ਕਿੰਨਾ ਆ ਜਾਏਗਾ, 2 × 4, 2 × 3 = 6, ਦੈਟ ਇਜ਼ ਇਕੁਅਲ ਟੂ 21/2 ਆਵਰਸ, ਠੀਕ ਹੈ ਜੀ। ਤਾਂ ਦੇਅਰਫੋਰ ਕੀ ਆ ਗਿਆ ਸਾਡੇ ਕੋਲ, ਦੇਅਰਫੋਰ ਲਿਪਿਕਾ ਹੈਡ ਟੇਕਨ 21/2 ਆਵਰਸ ਟੂ ਰੀਡ ਦੀ ਫੁੱਲ ਬੁੱਕ, ਠੀਕ ਹੈ ਜੀ। ਧੰਨਵਾਦ।